भारत पाकिस्तान अंतरराष्ट्रीय सरहद के नाल लगते पिंड तेजा रोहेला विच नानके परिवार ते दोते विच होए झगड़े दौरान नानी दी गई जान, दोता होया सरकारी हस्पताल दाखल, सिर ते वजिया गंभीर सट्टां। दोते वल्लों कहा गया कि जमीन ते पट्ठे वधण नूं लै के मामियां नाल लड़ाई होई सी, जिस लड़ाई विच नानी नूं पता नहीं लग्या भी कदों सट वज गई, जिस विच उसकी जान चली गई है। इत्थे दूजे पासे विच मुसीबत दे फसी मृतक दी धी अते जिस ते मारन दे दोष लगे हन उस दी मां दा कहना है इंसाफ होना चाहिदा है, चाहे मेरे पुत्र ने गुनाह किया है, मेरी मां दी जान गई है, पर कानून तो वो अपनी कार्रवाई मंगते हैं। इत्थे बोलते हुए उन्होंने होर की कुछ कहा, जेरे इलाज सरकारी हस्पताल विच जिस ते मारन दे दोष लगे हन उस व्यक्ति ने की कुछ कहा, ये सब कुछ जानने लई साडे नाल बने रहो अते साडी पूरी कवरेज वेखो। हाँ जी, अच्छा की रोला की है जी? ਹੁਣ ਕੀ ਮੰਗ ਕਰਦੇ ਹੋ ਤੁਸੀਂ? ਮੰਗ ਕਾਰਵਾਈ ਪੂਰੀ ਹੋਣੀ ਚਾਹੀਦੀ ਹੈ, ਸਾਡੀ ਮਾਂ ਨਹੀਂ ਲੱਭਣੀ। ਦੂਜੇ ਪਾਸੇ ਤੁਹਾਡਾ ਮੁੰਡਾ ਹੈ? ਇਹਦਾ ਮੁੰਡਾ ਮੁੰਡਾ ਮਾਂ ਨਾਨੀ ਦਾ ਨਹੀਂ ਬਣਾ, ਨਹੀਂ ਨਾਨੀ ਦਾ ਬਣਾ, ਬਣ ਜਾਂਦਾ। ਚੱਲ ਬਾਹਰ ਲਾੜੇ ਕਰੇ ਤਾਂ ਉਹਨੂੰ ਕਰੇ ਆਈ ਨੂੰ ਉਹਦੀ ਥਾਂ ਮਕਾਨ ਹੀ ਉਹ ਦਿੱਤੀ ਬੈਠੀ ਹੈ। ਬਿਨਾਂ ਤੇ ਕਮਰੇ ਸਾਰੇ ਮੇਰੀ ਨਾ ਮੰਮੀ ਪਾਪੇ ਬਣੇ ਬਣਾ ਕਮਰੇ 'ਚ ਅਸੀਂ ਬੈਠੇ ਹਾਂ। ਉਹਨਾਂ ਦੀ ਥਾਂ ਸੀ ਘਰ ਦੀ, ਬਾਹਰ ਜੋ ਆਪ ਵੀ ਕਰਦੇ ਆ ਤਾਂ ਸਾਨੂੰ ਜ਼ਿਆਦਾ ਆਪ ਹੀ ਨਹੀਂ। ਜਿਹੜੀ ਮਰਨ ਵਾਲੀ ਸੀ ਉਹ ਤੁਹਾਡੀ ਮਾਤਾ ਸੀ ਕਿ ਜਿਹਨੇ ਮਾਰਿਆ ਉਹ ਤੁਹਾਡਾ ਪੁੱਤਰ ਸੀ? ਹਾਂ, ਮਰਨ ਵਾਲੀ ਤਾਂ ਮੇਰੀ ਮੰਮੀ ਸੀ। ਅੱਛਾ, ਇੱਕੜ ਸਾਡਾ ਪੁੱਤਰ ਹੈ ਮਾਰਾ। ਕੋਈ ਰੋਲਾ ਰੋਲਾ ਕੀ ਸੀ? ਕੋਈ ਨਹੀਂ, ਕੋਈ ਰੋਲਾ ਨਹੀਂ ਸਾਡਾ। ਉਹਨੇ ਰੋਲ ਹੀ ਕੋਈ ਵੱਖਰਾ ਸੀ ਮੇਰੇ ਨਾਲ, ਮੈਂ ਆਪਣੀ ਮੰਮੀ ਨਾਲ ਸੀ। ਨਹੀਂ, ਕੋਈ ਜ਼ਮੀਨ ਦਾ ਰੋਲਾ ਸੀਗਾ, ਕੋਈ ਪੱਠਿਆਂ ਨੂੰ ਲਾ ਕੇ ਲਾਣ ਨੂੰ ਲੈ ਕੇ ਸੀ, ਜਾਂ ਕੋਈ ਹੋਰ ਰੋਲਾ ਸੀਗਾ? ਪਹਿਲਾਂ ਵੀ ਕਦੇ ਹੋਇਆ ਸੀਗਾ ਰੋਲਾ? ਪਹਿਲਾਂ ਇਹ ਰੋਲਾ ਵੀ ਸਾਨੂੰ ਘਰੇ ਨਹੀਂ ਸੀ ਰਹਿਣ ਘਰੇ। ਹਾਂ, ਸਾਡੇ ਮੇਰੇ ਘਰੇ ਨਹੀਂ ਮੈਨੂੰ ਰਹਿਣ ਦਿੰਦੇ। ਅੱਛਾ, ਕਿ ਮੇਰੇ ਘਰ ਮੰਮੀ ਕਹਿੰਦੀ ਚੱਲ ਸਾਡੀ ਥਾਂ ਮਕਾਨ ਕਮਰਾ ਸਾਨੂੰ ਅਸੀਂ ਇੱਕਰ ਦਿੱਤਾ ਦੂਜਾ ਸਾਡੇ ਕਮਰੇ ਵਿੱਚ ਇਕੱਠੇ ਹੀ ਰਹਿੰਦੇ ਸੀ? ਹਾਂ, ਮੈਂ ਅੱਜ ਮੰਮੀ ਨਾਲ ਇਕੱਠੇ। ਆਦੀ ਮਾਤਾ ਨਾਲ ਰਹਿੰਦੇ ਸੀ, ਮੁੰਡਾ ਵੱਖਰਾ ਸੀ? ਹਾਂ, ਮੁੰਡਾ ਵੱਖਰਾ ਸੀ, ਮੈਨੂੰ ਨਹੀਂ ਲੱਗਦਾ ਸੀ। ਮੈਂ ਅੱਜ ਮੰਮੀ ਨਾਲ ਨਹੀਂ, ਇੱਕੋ ਹੀ ਵਿਹੜੇ 'ਚ ਸੀਗਾ ਘਰ? ਹਾਂ, ਇੱਕੋ ਘਰ ਨਾਲ ਮੁੰਡੇ ਨਾਲ। ਹਾਂ, ਮੁੰਡੇ ਕੀ ਨਾਂ ਜੀ ਆਪਣਾ? ਜਿਹਨਾਂ ਦੀ ਮੌਤ ਹੋਈ ਉਹਨਾਂ ਦਾ ਕੀ ਨਾਮ ਸੀ? ਕਿੰਨੀ ਉਮਰ ਕਿੰਨੀ ਸੀ? ਜਿਹੜਾ ਕੀ ਸੀ? ਰੋਲਾ ਕੋਈ ਨਹੀਂ ਸੀ, ਉਹ ਕੰਮ ਲੱਗੇ ਸੀ ਆਪਣਾ, ਖੇਤ ਮੈਂ ਖੇਤ ਗਿਆ, ਖੇਤ ਗਲ ਪੈ ਸੀ ਪਹਿਲਾਂ। ਅੱਛਾ, ਪਹਿਲਾਂ ਖੇਤ ਗਲ ਪੈ ਸੀ, ਉਸ ਤੋਂ ਬਾਅਦ ਫਿਰ ਮੈਂ ਘਰੇ ਆ ਗਿਆ, ਘਰੇ ਸ਼ਾਮ ਨੂੰ ਰਾਤ ਨੂੰ ਗਲ 8 ਵਜੇ ਘਰੇ ਗਲ ਪੈ। ਅੱਛਾ, ਉੱਥੇ ਵੀ ਉਹ ਦੋ ਜਣੇ ਸੀ, ਮੈਂ ਇਕੱਲਾ ਸੀ। ਅੱਛਾ, ਉੱਥੇ ਅੱਛੇ ਵਕਤ ਹੋ ਗਏ, ਉੱਥੇ ਇੱਕ ਵੀ ਜਿਹੜੀ ਸਾਡੀ ਨਾਨੀ ਸੀ ਉਹਨੂੰ ਇਹ ਨਹੀਂ ਪਤਾ ਕਿਹਦੇ ਕੋਲ ਸੱਟ ਲੱਗੀ, ਕਿਹਦੇ ਕੋਲ ਨਹੀਂ। ਉਹਦੀ ਮੌਤ ਹੋ ਗਈ? ਹਾਂਜੀ, ਮੌਤ ਹੋ ਗਈ। ਕੀ ਨਾਂ ਕੀ ਸੀ? ਠਾਕੁਰ। ਹਾਂਜੀ, ਠਾਕੁਰ। ਅੱਛਾ, ਕਿੰਨੀ ਉਮਰ ਸੀ? 55 ਸਾਲ। ਤੁਹਾਡੇ ਕੀ ਲੱਗਦੇ ਸੀ? ਨਾਨੀ
ਉਹ ਤੁਹਾਡੇ ਨਾਲ ਗਏ ਸੀਗੇ ਦੂਜੇ ਧਿਰ ਨਾਲ ਸੀਗੇ ਦੂਜੇ ਨਾਲ ਅੱਛਾ ਤੇ ਸੱਟ ਕਿਵੇਂ ਵੱਜੀ ਉਹਨਾਂ ਨੂੰ ਸੱਟ ਤਾਂ ਪਤਾ ਨਹੀਂ ਲੱਗਿਆ ਨਾ ਉੱਥੇ ਇਹਦਾ ਪਹਿਲੇ ਵੱਜੀ ਤੇ ਕਿੰਨੇ ਜਣੇ ਫੱਟੜ ਹੋਏ ਨੇ ਕਿੰਨੇ ਜਣੇ ਇਲਾਜ ਵਾਸਤੇ ਆਏ ਨੇ ਦੋ ਹੀ ਦੂਜੇ ਕਿਹੜੇ ਨੇ ਉਹਨਾਂ ਦੇ ਵੀ ਕੋਈ ਦਾਖਲ ਹੋਏ ਨੇ ਹਾਂਜੀ ਦੂਜੇ ਧਿਰ ਦੇ ਵੀ ਦਾਖਲ ਹੋਏ ਨੇ ਹਾਂਜੀ ਕਿੰਨੇ ਜਣੇ ਦੋ ਹੀ ਤੁਹਾਡਾ ਕੀ ਨਾਮ ਹੈ ਕੁਲਵਿੰਦਰ ਕਿਹੜੇ ਪਿੰਡ ਦੇ ਰਹਿਣ ਵਾਲੇ ਤੇਜਲ ਨਾਨੀ ਦਾ ਕੀ ਨਾਮ ਬਰਾਬਰ ਕਿੰਨੀ ਉਮਰ ਸੀ ਸਾਲ ਇਹ ਝਗੜਾ ਹੋਇਆ ਕਿੱਥੇ ਤੇਜਲ ਵੇਲੇ ਪਹਿਲੇ ਘਰੇ ਹੀ ਹੋਇਆ ਕਿਉਂ ਹੋਇਆ ਕਿ ਖੇਤ 'ਚ ਹੋਇਆ ਪਹਿਲਾਂ ਖੇਤ ਗਿਆ ਸੀ ਮੈਂ ਪੱਠੇ ਵੀ ਬੀਜੇ ਸੀ ਕਿ ਲਗਾਉਣਿਆ ਮੈਂ ਕਿਹਾ ਤੂੰ ਪੱਠੇ ਮੈਂ ਕਿਹੜਾ ਆਪ ਖਾਣਿਆ ਅੱਛਾ ਪਸ਼ੂਆਂ ਵਾਸਤੇ ਆ ਪੱਠੇ ਨਾ ਵਾਹੋ ਤੁਸੀਂ ਉੱਥੇ ਮੇਰੇ ਪੱਖੇ ਪੈ ਖਾ ਲੈ ਖੇਤ ਨਹੀਂ ਕੋਈ ਰੋਲਾ ਕੀ ਸੀਗਾ ਤੂੰ ਪੱਖੇ ਕਿਉਂ ਪਏ ਤੇਰੇ ਹਾਂਜੀ ਪੱਖੇ ਕਿਉਂ ਪਏ ਤੇਰੇ ਮੈਂ ਕੀਤੀ ਗੱਲ ਇਹ ਵੀ ਤੁਸੀਂ ਪੱਠੇ ਨਾ ਵਾਹੋ ਅਤੇ ਮੈਂ ਆਉਂਦੇ ਸੀ ਤੇ ਪੱਠੇ ਵਾਹ ਦੇਣੇ ਮੈਂ ਉੱਥੇ ਖੜਿਆ ਮੋਟਰਸਰ ਲੈ ਗਿਆ ਖੜਿਆ ਤਾਂ ਉਹਨੇ ਪੱਖੇ ਪਾਇਆ ਕੌਣ ਤੁਹਾਡੇ ਪੱਖੇ ਪਾਇਆ ਸਤਨਾਮ ਸਿੰਘ ਬੂਟਾ ਸਿੰਘ ਸਤਨਾਮ ਸਿੰਘ ਅਤੇ ਬੂਟਾ ਸਿੰਘ ਕਿੱਥੋਂ ਰਹਿਣ ਵਾਲੇ ਤੁਹਾਡਾ ਕੀ ਲੱਗਦਾ ਮੇਰਾ ਮਾਮਾ ਵੱਡਾ ਅਤੇ ਉਹ ਮਾਮੇ ਦਾ ਮੁੰਡਾ ਜਿਹਦੀ ਮੌਤ ਹੋਈ ਹੈ ਤੁਹਾਡੀ ਨਾਨੀ ਦੀ ਇਹ ਵੀ ਉਹਨਾਂ ਨਾਲ ਰਹਿੰਦੀ ਹਾਂਜੀ ਅਤੇ ਇਹਨਾਂ ਨੂੰ ਸੱਟਾਂ ਕਿਵੇਂ ਲੱਗੀਆਂ ਇਹਨਾਂ ਨੂੰ ਇਹਨਾਂ ਨੂੰ ਪਤਾ ਨਹੀਂ ਹਾਂਜੀ ਇਹਨਾਂ ਨੂੰ ਪਤਾ ਇਹ ਜਦੋਂ ਤੁਹਾਡੇ ਗੱਲ ਪਏ ਤੁਹਾਡੇ ਮਾਮੇ ਨਾਨੀ ਤੁਹਾਡੇ ਨਾਲ ਸੀ ਹਾਂਜੀ ਨਾਨੀ ਉੱਧਰ ਨਾਲ ਸੀ ਨਾਲ ਜਿਸ ਨੂੰ ਤੁਹਾਡੇ ਗੱਲ ਪਏ ਖੇਤ ਵਿੱਚ ਹਾਂਜੀ ਨਾਨੀ ਨਹੀਂ ਗੱਲ ਪਈ ਸੀ ਹਾਂਜੀ ਸਾਰਿਆਂ ਕੋਲ ਚੱਲ ਪਏ ਇਕੱਲਾ ਵੈਸੇ ਗਿਆ ਸੀ ਬਹੁਤ ਸਾਰਾ ਨਹੀਂ ਨਹੀਂ ਨਾਨੀ ਵੀ ਤੁਹਾਡੇ ਗੱਲ ਪਈ ਸੀਗੀ ਸਾਰੇ ਗੱਲ ਨਹੀਂ ਨਾਨੀ ਤਾਂ ਨਹੀਂ ਗੱਲ ਮੰਮੀ ਪਏ ਨੇ ਮਾਮੇ ਪਿਆ ਤਾਂ ਉਹ ਛਡਾਣ ਲੱਗੇ ਨੇ ਅਤੇ ਜ਼ਮੀਨ ਖੇਤ ਕਿੰਨਾ ਦਾ ਸੀ ਹਾਂਜੀ ਖੇਤ ਕਿੰਨਾ ਦਾ ਤੁਹਾਡਾ ਕਿ ਨਾਨਕਿਆਂ ਦਾ ਜਦੋਂ ਨਾਨਕਿਆਂ ਦਾ ਸੀ ਤਾਂ ਮੈਂ ਕਿਹਾ ਪੱਠੇ ਬੀਜੇ ਹੋਏ ਨਾ ਅੱਗੇ ਸਾਨੂੰ 10-12 ਸਾਲ ਹੋ ਗਏ ਪੱਠੇ ਉੱਥੇ ਬੀਜੀ ਗਏ ਅੱਗੇ ਪਹਿਲਾਂ ਇਸ ਪੱਠੇ ਬੀਜੇ ਹੋਰ ਤਾਂ ਕੋਈ ਫਸਲ ਬੀਜੀ ਮੌਤ ਕਦੋਂ ਕਿੱਥੇ ਹੋਈ ਹੈ ਨਾਨੀ ਦੀ ਤੁਹਾਡੀ ਕਿੰਨੇ ਵਜੇ ਦਾ ਟਾਈਮ ਸੀਗਾ ਜਦੋਂ ਮੌਤ ਹੋਈ ਅਕਸਰ 8:30 ਵਜੇ ਮੈਂ ਤਾਂ ਆ ਗਿਆ ਸ਼ਹਿਰ ਆ ਗਿਆ ਨਹੀਂ ਝਗੜਾ ਰਾਤ ਨੂੰ ਹੋਇਆ ਸੀ ਰਾਤ ਦੇ ਝਗੜੇ ਦੌਰਾਨ ਹੀ ਮਰੇ ਨੇ ਇੱਕ ਠਾਕਰੋ ਬਾਈ ਨਾਮ ਦੀ ਇੱਕ ਪੇਸ਼ੈਂਟ ਆਈ ਸੀ ਬਰੋਡ ਡੈਡ ਆਇਆ ਸੀ ਐਮਰਜੈਂਸੀ ਵਿੱਚ ਰਾਤ ਨੂੰ 1 ਵਜੇ ਵਿਲੇਜ ਗੁਰਦਰ ਪਾਣੀ ਤੋਂ ਜਿਹਦੇ ਸਿਰ 'ਚ ਸੱਟ ਲੱਗੀ ਹੈ ਬਾਕੀ ਉਹਦੇ ਪੋਸਟਮਾਰਟਮ ਤੋਂ ਬਾਅਦ ਹੀ ਐਕਚੁਅਲੀ ਕੌਜ਼ ਆਫ ਡੈਥ ਉਹਦੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਮੈਮ ਜਦੋਂ ਉਹਨਾਂ ਨੂੰ ਲਿਆਂਦਾ ਗਿਆ ਸੀ ਉਦੋਂ ਹੀ ਉਹਨੇ ਡੈਥ ਹੋ ਚੁੱਕੀ ਸੀ ਜਾਂ ਸਿਵਲ ਹੋਸਪਿਟਲ ਆ ਕੇ ਉਹਨੇ ਡੈਥ ਹੋਈ ਹੈ ਜੀ ਨਹੀਂ ਸਰ ਇਹ ਬਰੋਡ ਡੈਡ ਹੀ ਆਈ ਸੀ ਪੇਸ਼ੈਂਟ ਅਤੇ ਫਿਲਹਾਲ ਇਹਦੀ ਬੋਡੀ ਮੋਰਟਮ ਪਈ ਪੇਪਰ ਜਿਵੇਂ ਹਨ ਜੇ ਪੋਸਟਮਾਰਟਮ ਹੋਏਗਾ ਉਹਦੇ ਬਾਅਦ ਇਹਨੂੰ ਕੌਜ਼ ਪਤਾ ਚੱਲੇਗਾ ਸਰ ਅੱਜ ਇਹਨਾਂ ਦੇ 2 ਪੇਸ਼ੈਂਟ ਆਏ ਆ ਪਰਿਵਾਰ ਦੇ ਮੈਂਬਰ ਆ ਇੱਕ ਇਹਨਾਂ ਦੀ ਬੇਟੀ ਆਈ ਹੈ ਲਾਲੋ ਬਾਈ ਉਹਦੇ ਬਾਂਹ 'ਤੇ ਸੱਟ ਲੱਗੀ ਹੋਈ ਹੈ ਔਰ ਇੱਕ ਇਹਨਾਂ ਦਾ ਹੋਰ ਰਿਲੇਟਿਵ ਆਇਆ ਜਿਹਦੀ ਲੱਤ 'ਤੇ ਸੱਟ ਲੱਗੀ ਹੈ ਜੀ ਕਿੰਨੀ ਕੁ ਗੰਭੀਰ ਛੋਟਾ ਮੈਮ ਇਹਨਾਂ ਲੱਗੀਆਂ ਹੋਈਆਂ ਨੇ ਜੀ ਸਰ ਉਹ ਸਟੇਬਲ ਪੇਸ਼ੈਂਟ ਹੈ ਉਹਨਾਂ ਦੇ ਜ਼ਿਆਦਾ ਸੱਟਾਂ ਨਹੀਂ ਹੈ ਜਿਸ ਤਰ੍ਹਾਂ ਕਿ ਘਰੇਲੂ ਲੜਾਈ ਦੇ ਕਰਕੇ ਉਹਨਾਂ ਦੀਆਂ ਸੱਟਾਂ ਹੋਈਆਂ ਉਹ ਠੀਕ ਹੈ ਕੀ ਇਸ ਮਾਮਲੇ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਆਗਰੂ ਕਰ ਦਿੱਤਾ ਗਿਆ ਜੀ ਪੁਲਿਸ ਇਨਫੋਰਮੇਸ਼ਨ ਦੇ ਦਿੱਤੀ ਸੀ ਸਰ ਰਾਤ ਨੂੰ ਜਦੋਂ ਵੀ ਇਹਨਾਂ ਦੀ ਬੋਡੀ ਆਈ ਹੈ PI ਭੇਜ ਦਿੱਤੀ ਗਈ ਹੈ ਬਾਕੀ ਹੁਣ ਪੇਪਰ ਆਉਣ 'ਤੇ ABN न्यूज़ चैनल देखने वाले सभी दर्शकों से हम अपील करते हैं कि ABN न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत